हलका दाखा की जिमनी चोण नूं लैके इत्थों दे कांग्रेस पार्टी दे उम्मीदवार कैप्टन संदीप संधू द्वारा इलाके का दौरा किया जा रहा है, अपनी चुनावी मुहिम नूं हंगारा भरिया जा रहा है। देखते हैं एक रिपोर्ट। सब तो पहला तो मैं हलका दाखे के निवासियों का और सारे पिंडों में जिते मैं जा रहा है, जिस किस्म का मैनू वो भरपूर स्वागत कर रहे हैं, मेरा मैनू प्यार दे रहे हैं, मेरे च विश्वास जता रहे हैं। मैं उन्हों का देना किवें मोड़ूंगा, मैं तो यही सोचता बी साढ़े पिंड दे विच दो पार्टियां लाइक हर पिंड जिवें पिंड च हुंदियां साढ़े विच होई गईआं, पर मजोरिटी जिहड़े बंदे आ कांग्रेस नूं सपोर्ट कर रहे आ क्योंकि लोग सियाणे हो गए, लोग समझदे आ कि असीं किसे होर पार्टी मैंबर नूं साडी जिहड़ी वोट आ ओह वेस्ट हैगी आ। बाकी कैप्टन साहब बड़े सुलझे हुए पढ़े लिखे तजर्बेकार बंदे हैगे आ, ऑलरेडी इह सरकार चला रहा बेसिकली 10-12 साल तो। मेन जिहड़े वर्कर हैगे आ कैप्टन साहब दे इह हैगे आ, ते सारे पंजाब चलाउंदे आ, दाखा चलाउणा कोई बड़ी वड्डी गल नहीं। देखो जी सानूं इह हैगा वी साडी जिहड़ी हैगी आ 60% जिहड़ी वोट हर वारी पैंदी आ साडे ग्रुप नूं साडे परिवार नूं, ओह अगे पैंदी आ, हुण वी पैंदी आ। ਅਸੀਂ ਚੇਅਰਮੈਨ ਕੀਤੀ ਆ 10-15 ਸਾਲ ਇੱਥੇ, ਸਰਪੰਚੀ ਵੀ ਕਰੀ ਆ, ਅਤੇ ਹਰ ਹਾਲਤ ਸਾਡੇ ਪਿੰਡ 'ਚੋਂ ਕੈਪਟਨ ਸਾਹਿਬ ਇੱਥੋਂ ਲੀਡ ਵੱਡੀ ਲੀਡ ਲੈ ਕੇ ਜਾਣਗੇ, ਕੋਈ ਸ਼ੱਕ ਵਾਲੀ ਗੱਲ ਹੀ ਨਹੀਂ, ਨੋ ਡਾਊਟ। ਅਸੀਂ ਰਕਬਾ ਪਿੰਡ ਵਾਲੇ ਬਹੁਤ ਜ਼ਿਆਦਾ ਆਪਣੀ ਖੁਸ਼ਕਿਸਮਤੀ ਸਮਝਦੇ ਹਾਂ ਕਿਉਂਕਿ ਸੰਦੀਪ ਸੰਧੂ ਜੀ ਬਹੁਤ ਇੱਕ ਪੜ੍ਹੇ ਲਿਖੇ ਹੋਏ ਸੁਲਝੇ ਹੋਏ ਇਨਸਾਨ ਨੇ, ਜਿਨ੍ਹਾਂ ਨੇ 12 ਸਾਲ ਕੈਪਟਨ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਇਆ। ਵੈਸੇ ਵੀ ਚੰਡੀਗੜ੍ਹ ਬੈਠ ਕੇ ਸੰਦੀਪ ਸੰਧੂ ਜੀ ਸਾਰੇ ਮੰਤਰੀਆਂ ਦਾ, MLA ਦਾ, ਸਾਰਿਆਂ ਦਾ ਕੰਮ ਦੇਖਦੇ ਨੇ, ਪੰਜਾਬ ਦੇ ਸਾਰੇ ਅਫਸਰਾਂ ਦੀ ਅਦਲੀ ਬਦਲੀ ਔਰ ਪੰਜਾਬ ਦੇ ਅਫਸਰਾਂ ਦਾ ਕੰਮ ਦੇਖਦੇ ਨੇ ਔਰ ਕੋਸ਼ਿਸ਼ ਕਰਦੇ ਨੇ ਵੀ ਪੰਜਾਬ ਦੀ ਸਰਕਾਰ ਦਾ ਕੰਮ ਕਾਰ ਸਹੀ ਚੱਲ ਸਕੇ, ਔਰ ਇੱਕ ਇਮਾਨਦਾਰ ਇਨਸਾਨ ਨੇ ਸੰਦੀਪ ਸੰਧੂ ਜੀ। ਸੋ ਦਾਖਾ ਹਲਕੇ ਦੀ ਮੈਂ ਸਮਝਦਾ ਬਹੁਤ ਖੁਸ਼ਕਿਸਮਤੀ ਆ, ਫੂਲਕਾ ਜੀ ਦੇ ਜਾਣ ਤੋਂ ਬਾਅਦ ਚਾਹੇ 2.5 ਸਾਲ ਹੀ ਬਾਕੀ ਨੇ, ਦਾਖਾ ਹਲਕੇ ਨੂੰ ਸਵਰਗ ਬਣਾਉਣ ਦੀ ਵਾਸਤੇ ਜੋ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਪਰਾਲਾ ਕੀਤਾ ਸੰਦੀਪ ਸੰਧੂ ਜੀ ਨੂੰ ਕਾਂਗਰਸ ਪਾਰਟੀ ਦੀ ਟਿਕਟ ਦੇ ਕੇ ਔਰ ਥਾਪੜਾ ਦੇ ਕੇ ਇੱਥੇ ਭੇਜਿਆ, ਸੋ ਕਾਂਗਰਸ ਦੇ ਹਰ ਵਰਕਰ ਨੂੰ ਇਸ 'ਤੇ ਮਾਣ ਹੈ ਔਰ ਅਸੀਂ ਕੈਪਟਨ ਸਾਹਿਬ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਕੈਂਡੀਡੇਟ ਦਿੱਤਾ, ਔਰ ਅਸੀਂ ਵੀ ਵਾਅਦਾ ਕਰਦੇ ਹਾਂ ਕਿ ਅਸੀਂ ਵੱਡੀ ਲੀਡ 'ਤੇ ਸੰਦੀਪ ਸੰਧੂ ਜੀ ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਾਂਗੇ। ਅੱਗੇ ਵਾਲੀ ਜ਼ਿੰਮੇਵਾਰੀ ਸੰਦੀਪ ਸੰਧੂ ਜੀ ਆਪ ਖੁਦ ਵਧੀਆ ਨਿਭਾਉਣਗੇ, ਸਾਨੂੰ ਉਹਨਾਂ 'ਤੇ ਆਸ ਔਰ ਮਾਣ ਹੈ। ਹਲਕਾ ਦਾਖਾ ਦੀ ਚੁਣਾਵੀ ਮੁਹਿੰਮ ਨੂੰ ਲੈ ਕੇ ਅੱਜ ਕੈਪਟਨ ਸੰਦੀਪ ਸੰਧੂ ਦੁਆਰਾ ਇਲਾਕੇ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਵੀ ਕੀਤੇ ਗਏ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਲੋਕ ਕਿਸ ਨੂੰ ਆਪਣਾ ਨੁਮਾਇੰਦਾ ਚੁਣਦੇ ਹਨ। ਕੈਮਰਾਮੈਨ ਗੋਲਡੀ ਦੇ ਨਾਲ ਅਮਨਦੀਪ ਖਹਿਰਾ, ਟਾਈਮਜ਼ ਪੰਜਾਬ TV।